ਸਾਈਡ ਵਿੰਡ ਵੇਖੋ ਕਿੰਨੀ ਹੈ ਇੱਕ ਵਾਰੀ ਤੇ ਚਕਾਉਣ ਗਈ ਮੈਡਮ ਆ ਗਿਆ ਜਿਵੇਂ ਕਿ ਤੁਸੀਂ ਪਹਿਲਾ ਵਲੌਗ ਵੇਖਿਆ ਕਿ ਆਪਾਂ ਸਾਰੀ ਤਿਆਰੀ ਜਿਹੜੀ ਆ ਹਸਪੀਟਲ ਜਾਣ ਦੀ ਕਰ ਲਈ ਸੀ ਤੇ ਬਸ ਹੁਣ ਲੱਗੇ ਆ ਆਪਾਂ ਚੱਲਣ ਘਰੋਂ ਤੇ ਸਾਰਿਆਂ ਨੂੰ ਮਿਲਦੇ ਆ ਵਾਰ-ਵਾਰ ਤੇ ਬਹੁਤ ਜ਼ਿਆਦਾ ਖੁਸ਼ੀ ਤੇ ਐਕਸਾਈਟਮੈਂਟ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਵਧੀਆ ਵਧੀਆ ਟਾਈਮ ਲਿਆਉਣ ਤੇ ਵਧੀਆ ਵਧੀਆ ਜਿਹੜੀ ਆ ਗੁੱਡ ਨਿਊਜ਼ ਤੁਹਾਨੂੰ ਸਾਰਿਆਂ ਨੂੰ ਦਈਏ ਤੇ ਆ ਜਾਓ ਚੱਲੀਏ ਨਾਲੇ ਮਿਲਾਉਂਦੇ ਹਾਂ ਤੁਹਾਨੂੰ ਸਾਰਿਆਂ ਦੇ ਨਾਲ ਹਾਂਜੀ ਚੱਲੀਏ ਚੱਲੀ ਬਸ ਫਿਰ ਇੱਦਾਂ ਹੀ ਆ ਹਾਂਜੀ ਸਾਰਿਆਂ ਨੂੰ ਵਧੀਆ ਵਧੀਆ ਗੁੱਡ ਨਿਊਜ਼ ਮਿਲੇ ਚਲੋ ਆ ਜਾਓ ਹਾਂ ਮੇਰਾ ਪਰਸ ਕੱਢ ਦਿਓ ਮਗਰੋਂ ਚਲੋ ਆ ਜਾਓ ਕੱਢ ਲਓ ਚਲੋ ਆ ਜਾਓ ਅੱਜ ਇਹਨੂੰ ਕਿਹਾ ਅੱਛਾ ਅੱਛਾ ਦੇਖੋ ਮਾਮੀ ਨੂੰ ਚਾਹ ਮਾਮੀ ਨੇ ਨਾਲ ਪੈਗ ਆਪਣਾ ਕੱਪੜਿਆਂ ਵਾਲਾ ਵੱਖਰਾ ਭਰ ਲਿਆ ਵਾ ਦੀਦੀ ਤੁਹਾਨੂੰ ਕਿੰਨਾ ਕੁ ਚਾਹ ਚਲੋ ਚੰਗੀ ਚੰਗੀ ਖਬਰ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਚਲੋ ਰੱਖੋ ਸਮਾਨ ਟੋਕਰੀ ਉੱਤੇ ਰੱਖ ਦੋ ਰਹਿਣ ਕੁਛ ਨੀ ਦੇਣਾ ਮੰਮੀ ਸਾਰਾ ਕੁਛ ਲੈ ਕੇ ਜਾਵਾਂਗੇ ਚੱਲੀਏ ਫਿਰ ਚੱਲੀਏ ਚਲੋ ਮਹਾਰਾਜ ਸੁਖੀ ਕਰਨ ਮੇਰੀ ਧੀ ਨੂੰ ਲਿਆਵੇ ਭਰੀ ਝੋਲੀ ਧੀ ਹੋਵੇ ਜਾਂ ਪੁੱਤ ਹੋਵੇ ਕੋਈ ਗੱਲ ਨਹੀਂ ਸਭ ਮਨਜ਼ੂਰ ਆ ਚਲੋ ਚਲੋ ਭੂਆ ਜੀ ਨੇ ਤੇ ਨਾਲ ਜਾਣਾ ਭਾਂਤ ਤੱਕ ਅਸੀਂ ਉੱਥੇ ਮਿਲਾਂਗੇ ਭਾਬੀ ਨੇ ਨਾਲ ਜਾਣਾ ਹੈ ਕਿਉਂਕਿ ਭਾਬੀ ਜਦੋਂ ਪ੍ਰੀਤੀ ਨਾਲ ਗਈ ਸੀ ਗੁਰਮੇਰ ਵਾਰੀ ਪ੍ਰੀਤੀ ਇਕੱਲੀ ਗਈ ਸੀ ਇਹ ਟਾਈਮ ਤੇ ਹੁਣ ਭਾਬੀ ਇਕੱਲੇ ਜਾਣਗੇ ਬਾਕੀ ਸਾਰੇ ਜਾਣੇ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸ ਦਾਂਗੇ ਤੁਸੀਂ ਮਿੰਟੋ ਮਿੰਟ ਉੱਥੇ ਪਹੁੰਚਣ ਦੀ ਕਰਨੀ ਠੀਕ ਆ ਨਹੀਂ ਪਹੁੰਚਣ ਦੀ ਤੁਸੀਂ ਫੋਨ ਕਰਨ ਵਾਲੇ ਬਣੇ ਆ ਇਹ ਲੈ ਦੂ ਚਲੋ ਸਾਡਾ ਵੀ ਧਿਆਨ ਉਹਨਾਂ ਚਿਰ ਵਿੱਚ ਹੀ ਲੱਗਾ ਰਹਿਣਾ ਆ ਸਾਡਾ ਜਹਾਜ਼ ਤਿਆਰੀ ਚਲੋ ਚਲੋ ਜੀ ਫਿਰ ਚਲੋ ਬੈਠੋ ਹਾਂਜੀ ਹਾਂਜੀ ਮੈਂ ਹੁਣ ਉਤਰਨ ਲੱਗੀ ਹਾਂ ਚਲੋ ਦਾ ਨਾ ਨਹੀਂ ਮੇਰਾ ਸਟਾਪ ਆ ਗਿਆ ਹਾਂਜੀ ਆ ਜਾਓ ਨਾ ਕੋਈ ਨੀ ਤੁਸੀਂ ਮੈਨੂੰ ਸੁਣਾ ਭੇਜਿਓ ਹੁਣ ਉੱਥੇ ਜਾ ਕੇ ਮੈਂ ਪਹੁੰਚ ਜਾਣਾ ਦੇਖਿਓ ਭੂਆ ਜੀ ਅੱਖ ਮੀਟਦਾ ਮੈਂ ਉੱਥੇ ਹੋਣਾ ਮੇਰਾ ਵੀ ਧਿਆਨ ਹੁਣ ਤੁਹਾਡੇ ਜੀ ਲੱਗਾ ਰਿਹਾ ਭੂਆ ਜੀ ਨਹੀਂ ਆਉਂਦੇ ਕਿ ਕੋਈ ਨੀ ਤੁਸੀਂ ਜਾਓ ਤੇ ਜਾ ਕੇ ਜੋ ਵੀ ਤੁਹਾਡੇ ਡਾਕਟਰ ਨਾਲ ਗੱਲਬਾਤ ਹੋਏਗੀ ਤੇ ਮੈਨੂੰ ਦੱਸ ਦਿਓ ਫਿਰ ਹੀ ਜਾਵਾਂਗੇ ਇੰਨੇ ਜਣ ਫਿਰ ਉਦਾਂ ਕੀ ਪਤਾ ਉੱਥੇ ਕਿੰਨਾ ਟਾਈਮ ਲੱਗਣਾ ਵਾ ਹਨਾ ਜੀ ਅਸੀਂ ਸਾਰਿਆਂ ਨੇ ਸਲਾਹ ਕੀਤੀ ਫਿਰ ਸਾਰੇ ਜਾਣੇ ਕਹਿੰਦੇ ਵੀ ਸਾਰੇ ਜਾਣਿਆਂ ਨੇ ਜਾ ਕੇ ਪੈਂਦੇ ਆ ਕੀ ਕਰਨਾ ਆ ਪਹਿਲਾਂ ਤੁਸੀਂ ਜਾਓ ਤੇ ਜੋ ਵੀ ਗੱਲਬਾਤ ਹੋਊਗੀ ਉੱਥੇ ਜਾ ਕੇ ਤੁਸੀਂ ਦੱਸ ਦਿਓ ਫਿਰ ਅਸੀਂ ਸਾਰੇ ਜਾਣੇ ਮਗਰ ਪਹੁੰਚ ਜਾਾਂਗੇ ਚਲੋ ਠੀਕ ਆ ਫਿਰ ਹੈ ਓਕੇ ਬਾਏ ਹਾਂਜੀ ਬੈਸਟ ਆਫ ਲੱਕ ਥੈਂਕ ਯੂ
ਮਹਾਰਾਜ ਖੁਸ਼ੀਆਂ ਦੇਵੇ ਤੁਹਾਨੂੰ ਸਾਰੀਆਂ। ਥੈਂਕ ਯੂ ਸਾਰੀ ਦੁਨੀਆ ਦੀਆਂ ਸਾਰੀਆਂ ਹੈ। ਹੁਣ ਚੰਗੀ ਚੰਗੀ ਖਬਰ ਦਿਓ ਉਹਨੂੰ। ਚੰਗੀ ਚੰਗੀ ਦਵਾਂਗੇ ਤੈਨੂੰ ਤਾਇਆ ਬਣਾ ਦੇਣਾ ਬਸ। ਆਹੋ ਇਹਨਾਂ ਨੂੰ ਸਗੋਂ ਬਹੁਤ ਜਾਣਾ ਮੈਨੂੰ ਤਾਇਆ ਬਣਦਾ। ਤਿੰਨੇ ਜਾਣੇ ਤੇ ਆਪਾਂ ਚੱਲਦੇ ਆ ਜਾ ਕੇ ਤੁਹਾਨੂੰ ਜਿਹੜੀ ਨੈਕਸਟ ਅਪਡੇਟ ਆ ਉੱਥੇ ਜਾ ਕੇ ਦਵਾਂਗੇ ਹਸਪੀਟਲ। ਤੇ ਜਦੋਂ ਹੁਣ ਭਾਬੀ ਤੁਹਾਡੀ ਵਾਰੀ ਆ ਗਈ ਪ੍ਰੀਤੀ ਦਾ ਸਾਥ ਦੇਣ ਦੀ। ਆਲਵੇਜ਼ ਨਾਲ ਆ ਭਾਬੀ। ਭਾਬੀ ਨੂੰ ਸੱਚੀ ਬਹੁਤ ਸਾਡੇ ਨਾਲੋਂ ਵੀ ਵੱਧ ਚਾਅ ਵਾ ਭਾਬੀ ਜੀ ਨੂੰ ਹਨਾ। ਹਾਂਜੀ ਮੇਰੀ ਇਹਨੇ ਇੰਨੀ ਸੇਵਾ ਕੀਤੀ, ਇੰਨੀ ਕੇਅਰ ਕੀਤੀ, ਗੁਰਮੇਜ ਨੇ ਇੰਨਾ ਸੰਭਾਲਿਆ ਸੀ ਹਨਾ। ਚਲੋ ਹੁਣ ਚਾਹੁੰਦੇ ਤੇ ਅਸੀਂ ਇਹੀ ਆ ਕਿ ਮਹਾਰਾਜ ਚਲੋ ਵੱਡਾ ਕੰਮ ਨਾ ਹੀ ਪਾਵੇ ਸਰਜਰੀ ਵਗੈਰਾ ਦਾ, ਤੇ ਨਾਰਮਲ ਹੀ ਹੋ ਜੇ ਤੇ ਵਧੀਆ ਆ ਹਨਾ। ਫਿਰ ਤੇ ਮੋਜੇ ਹੀ ਮੋਜਾ ਮੋਜੇ ਮੋਜਾ ਜੇ ਬਾਈ ਚਾਂਸ ਹਨਾ ਕਰਨਾ ਪਿਆ ਓਪਰੇਟ ਤੇ ਫਿਰ ਤੇ ਤੁਹਾਨੂੰ ਪਤਾ ਹੀ ਆ ਫਿਰ ਤੇ ਬੜੀ ਕੇਅਰ ਕਰਨੀ ਪੈਂਦੀ ਆ ਮਾਂ ਦੀ ਵੀ ਤੇ ਬੱਚੇ ਦੀ ਵੀ। ਚਲੋ ਉਹ ਤੇ ਹੁਣ ਜਾ ਕੇ ਪਤਾ ਲੱਗਦਾ ਹੈ ਕਿ ਨਹੀਂ। ਖੇਡਣਾ ਵੀ ਦੌੜਨਾ ਵੀ ਫਿਰ ਕੰਟਰੋਲ ਕਰਨਾ ਔਖਾ ਹੋ ਜਾਂਦਾ। ਚਲੋ ਹੁਣ ਮਿਲਦੇ ਆ ਹਸਪੀਟਲ ਜਾ ਕੇ, ਉੱਥੇ ਜਾ ਕੇ ਮਿਲਦੇ ਆ ਸਾਰਿਆਂ ਨੂੰ ਤੇ ਅੱਗੇ ਦੀ ਅਪਡੇਟ ਉੱਥੇ ਜਾ ਕੇ ਦਵਾਂਗੇ। ਲੈ ਲਾ ਹੁਣ ਜਿਹੜੀਆਂ ਜਿਹੜੀਆਂ ਫਾਈਲਾਂ ਹੈਗੀਆਂ ਕਿ ਲਓ ਜੀ ਆਪਾਂ ਪਹੁੰਚ ਗਏ ਆ ਹਸਪੀਟਲ ਤੇ ਬਾਕੀ ਚੱਲਦੇ ਆ ਅੰਦਰ ਦੇਖਦੇ ਹਾਂ ਮੈਡਮ ਕੀ ਕਹਿੰਦੇ ਹਨ। ਮੈਡਮ ਕੀ ਕਹਿੰਦੇ ਹਨ? ਮੈਡਮ ਪਾਰੁਲ। ਹਾਂਜੀ ਪਾਰੁਲ ਮੈਡਮ ਬੜੀ ਨਾਈਸ ਆ ਸੱਚੀ ਗੱਲ ਆ। ਤੇ ਚਲੋ ਫਿਰ ਚੱਲੀਏ। ਚਲੋ 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 ਚੱਲੀਏ ਚਲੋ ਚਲੋ ਬੈਸਟ ਆਫ ਲੱਕ। ਚੱਲ ਰੋਡ ਤੇ ਕ੍ਰੋਸ ਕਰ। ਹਾਂਜੀ ਕਿਹਦੇ ਐਡਮਿਟ ਹੋ ਜਾਓ ਬਾਬੇ ਦਾ ਨਾਂ ਇੰਨਾ ਨਹੀਂ ਹੁਣ ਵੀ ਬਾਬੇ ਨੇ ਕਰਕੇ ਟੀਕੇ ਲਾਉਂਦੀ ਵੀ ਰਹੀਆਂ ਹੁਣ ਆਪਣੇ ਲਵਾਉਣੇ ਪੈਣੇ। ਚੰਗਾ ਬੈਸਟ ਆਫ ਲੱਕ। ਹੋ ਗਿਆ ਠੀਕ ਆ।
चलो जी आप करते हैं वेटिंग बह के आप वेटिंग करते हैं हाँ जी मिल गई ड्रेस न्यू ड्रेस मिल गई है सोहनी कदों तक होना एडमिट तैयारी ड्रिप लग गई चलो बाबा जी ने बेबी दे कपड़े मंगवाए आ ते स्पेशल कंबली लै लो बाकी सारे समान बाद विच खड़ांगे जे बाई चांस रहन दी जरूरत पऊगी फिर ले जांगे नहीं तो फिलहाल चलो नहीं नहीं वड्डी आ हां जी काके वास्ते ले जाने है ना ले लो चलिए चलो ਕਿੰਨਾ ਚਾਰ ਜਾ ਜਾਣ ਡਿਆ ਨਾ ਜਦੋਂ ਨਿੱਕੇ ਨਿੱਕੇ ਕੱਪੜੇ ਡੇ ਆ ਆ ਵੀ ਕੰਬੜੀ ਬੜੀ ਸੌਫਟ ਜੀ ਆ ਹਾਂਜੀ ਹੈ ਨਾ ਮੇਰੀ ਨੇ ਤੇ ਕੋਈ ਦੇ ਦੋ ਮੇਰਾ ਦੋਵੇਂ ਜੀ ਕਾਂਡੇ ਦੇ ਦੋ ਕੋਈ ਗੱਲ ਨਹੀਂ ਦੋਵਾਂ ਚ ਲਪੇਟ ਲਾਂਗੇ ਚਲ ਜੇ ਮੁੰਡਾ ਹੋ ਗਿਆ ਵੀ ਆ ਦੇ ਦੇਂਗੇ ਜੇ ਕੋਈ ਹੋ ਗਿਆ ਲੈ ਚਲੋ ਠੀਕ ਆ ਪਿੰਕ ਕਲਰ ਹੈ ਨਾ ਹਾਂਜੀ ਹਾਂ ਕੋਈ ਨਹੀਂ ਪੂਰਾ ਫੇਰ ਤੇ ਲਗਾ ਕੇ ਜਾਣਾ अलग ਇਸ ਕਰਕੇ ਸੇਫਟੀ ਜ਼ਰੂਰੀ ਆ ਠੀਕ ਹੈ ਹਾਂਜੀ ਤੇ ਇਹ ਆਪਾਂ ਚੀਜ਼ ਉਹਨਾਂ ਦੇ ਦਿੰਨੇ ਆ ਸਮਾਨ ਤੇ ਫਿਰ ਜਦੋਂ ਉਹਨਾਂ ਨੇ ਬਣਾਉਣਗੇ ਨਾ ਜਿੰਨੀ ਵੀ ਸਾਰੀ ਸੇਫਟੀ ਆ ਇਹਦੀ ਉਹ ਸਾਰੀ ਕੀ ਕਹਿੰਦੇ ਆ ਕਿ ਆਪਣਾ ਕੀ ਕਹਿੰਦੇ ਆ ਕੀ ਸੇਫਟੀ ਕਿ ਬੱਚੇ ਦੀ ਜਿੰਨੀ ਵੀ ਸਾਰੀ ਸੇਫਟੀ ਆ ਉਹਦੀ ਤੁਹਾਨੂੰ ਉਹ ਦਿੱਤੀ ਜਾਂਦੀ ਆ ਮਾਮੀ ਨੂੰ ਠੀਕ ਆ ਸ਼ਾਬਾਸ਼ ਨਹੀਂ ਜੀ ਕਹਿੰਦੇ ਸ਼ਾਬਾਸ਼ ਤੇ ਕਹਿੰਦੇ ਜ਼ਿੰਮੇਵਾਰੀ ਉਹ ਤਾਂ ਵੀਡੀਓ ਚੱਲ ਰਹੀ ਆ ਜ਼ਿੰਮੇਵਾਰੀ ਚਲੋ ਆਪ ਫੜਾ ਸੇਤਾ ਹੀ ਭੁੱਲ ਗਿਆ ਜਾਓ ਦੇ ਕੇ ਆਓ ਇਹ ਕੀ ਲੈਣ ਤਾਂ ਇਹ ਪ੍ਰੀਤੀ ਵਾਸਤੇ ਸਮਾਨ ਖਾਣ ਪੀਣ ਵਾਸਤੇ ਖਾਣ ਪੀਣ ਵਾਸਤੇ ਠੀਕ ਹੈ ਚਲੋ ਜਾਓ ਆਇਆ ਇਹਨਾਂ ਨੇ ਜਾਓ ਜਾਓ ਹਾਂਜੀ ਮੈਂ ਹੀਗਾ ਮਨਿਆਰੀ ਦੀ ਦੁਕਾਨ ਤੇ ਮੈਂ ਹਾਂ ਚਲੋ ਥੋੜਾ ਜਿਹਾ ਆਪਾਂ ਰੂਮ ਦੀ ਸਜਾਵਟ ਵਾਸਤੇ ਸਮਾਨ ਲੈ ਜਾਈਏ ਤੇ ਇੱਥੋਂ ਬਲੂਨ ਤੇ ਥੋੜਾ ਜਿਹਾ ਜੋ ਵੀ ਸਜਾਵਟ ਦਾ ਸਮਾਨ ਹੈ ਉਹ ਖੜਦੇ ਆ ਤੇ ਕਿਉਂਕਿ ਪ੍ਰੀਤ ਦਾ ਵੈਲਕਮ ਕਰਨ ਵਾਸਤੇ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਰੂਮ ਨੂੰ ਸਜਾਇਆ ਹੋਊਗਾ ਤੇ ਉਹਨੂੰ ਵੀ ਵਧੀਆ ਲੱਗੂਗਾ ਤੇ ਬਾਕੀ ਚਲੋ ਜਾ ਕੇ ਹਸਪੀਟਲ ਕਰਦੇ ਆ ਰੂਮ ਦੀ ਸਜਾਵਟ ਬਾਕੀ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਕਿਵੇਂ ਦੀ ਕੀਤੀ ਹਸਪੀਟਲ ਡੈਕੋਰੇਸ਼ਨ ਰੂਮ ਦੀ ਤੇ ਨਾਲ ਨਾਲ ਸਾਰਾ ਆਪਾਂ ਜਿਹੜਾ ਵਲੋਗ ਡੈਕੋਰੇਸ਼ਨ ਦਾ ਬਣਾਵਾਂਗੇ ਹਾਂਜੀ ਤੁਹਾਨੂੰ ਅੰਦਰ ਆਵਾਜ਼ ਮਾਰੀ ਕੀ ਦੱਸਿਆ ਅੰਦਰ ਆਵਾਜ਼ ਮਾਰੀ ਤੇ ਮੈਂ ਲੱਗੇ ਬੈਠੀ ਸੀ ਵੈਸੇ ਪ੍ਰੀਤੀ ਦੇ ਤੇ ਉਹਦੇ ਵਿਚਾਰੀ ਬੜੀ ਹਿੰਮਤ ਕਰਨ ਡਈ ਸੀ ਪਰ ਉਹਨਾਂ ਨੇ ਹੁਣ ਸੁਜੇਰੀਅਨ ਦੱਸ ਦਿੱਤਾ ਹੈ ਅੱਛਾ ਮੈਡਮ ਕਹਿੰਦੇ ਕਹਿੰਦੇ ਮੈਂ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਇੱਦਾਂ ਮਤਲਬ ਸਹੀ ਨਹੀਂ ਹੈਗਾ ਜੋ ਵੀ ਉਹਨਾਂ ਨੇ ਮਤਲਬ ਵੇਖਿਆ ਚੈੱਕ ਕੀਤਾ ਤੇ ਇਹ ਕਿਹਾ ਵੀ ਕਰਨਾ ਤਾਂ ਪੈਣਾ ਹੀ ਆ ਫਿਰ ਕਰ ਦਿਓ ਹਨਾ ਚਲੋ ਕੋਈ ਨਹੀਂ ਵੈਸੇ ਤਾਂ ਮੈਨੂੰ ਇਹ ਬੜੀ ਆਸ ਸੀ ਕਿ ਨਾਰਮਲ ਡਿਲੀਵਰੀ ਹੋ ਜਾਣੀ ਹੈ ਹਨਾ ਉਹਨੂੰ ਵੀ ਬੜੀ ਆਸ ਸੀ ਪ੍ਰੀਤੀ ਨੂੰ ਵੀ ਬੀਪੀ ਵੀ ਹਾਈ ਹੋ ਗਿਆ ਨਾ ਥੋੜ੍ਹਾ ਤੇ ਉਹ ਕਹਿੰਦੇ ਫਿਰ ਅਸੀਂ ਰਿਸਕ ਨਹੀਂ ਲੈਣਾ ਤੇ ਕੋਈ ਨਹੀਂ ਮੈਂ ਦੱਸ ਦਿੱਤਾ ਮੰਮੀ ਹੁਣਾਂ ਨੂੰ ਵੀ ਦੱਸ ਦਿੱਤਾ ਫੋਨ ਕਰਕੇ ਉਹ ਵੀ ਆਉਂਦੇ ਆ ਸਾਰੇ ਜਣੇ ਤੇ ਕੋਈ ਨਹੀਂ ਤੁਸੀਂ ਵੀ ਟੈਨਸ਼ਨ ਨਾ ਲਿਓ ਚੰਗਾ ਠੀਕ ਤੂੰ ਮੇਰੇ ਵੀ ਤਾਂ ਸਜੇਰੀਅਨ ਹੀ ਹੋਏ ਆ ਠੀਕ ਨਹੀਂ ਚਲੋ ਕੋਈ ਨਹੀਂ ਉਹ ਤਾਂ ਮੇਰੇ ਆਈ ਆ ਹਾਂ ਫਿਰ ਹੁਣ ਜਿੱਦਾਂ ਨਹੀਂ ਆ ਕਰਨਾ ਤੇ ਪੈਣਾ ਹੀ ਹੈ ਨਾ ਹਾਂਜੀ ਤੇ ਤੁਸੀਂ ਸਮਾਨ ਲੈ ਆਏ ਮੈਂ ਸਮਾਨ ਲੈਣ ਤਾਂ ਕਰੀਏ ਆਪਾਂ ਰੂਮ ਦੀ ਡੈਕੋਰੇਸ਼ਨ ਹਾਂਜੀ ਹਾਂਜੀ ਮੰਮੀ ਹੁਣੀ ਕਿ ਆਉਂਦੇ ਆ ਨਾਲ ਉਹਦੀ ਆ ਰਹੇ ਤੇ ਠੀਕ ਹੈ ਚਲੋ ਕਰ ਲਓ ਡੈਕੋਰੇਸ਼ਨ ਜ਼ਿਆਦਾ ਵੀ ਨਾ ਬੁਲਾਓ
ਪਾਰਟੀ ਨਾ ਜਾਣੇ ਨਹੀਂ ਥੋੜਾ ਜਿਹਾ ਹੋਰ ਫੁੱਲ ਜਾਣਾ ਹੁੰਦਾ ਆਪਾਂ ਸੋਹਣੀ ਜੀ ਡੈਕੋਰੇਸ਼ਨ ਕਰੀਏ ਪ੍ਰੀਤ ਨੂੰ ਸਰਪ੍ਰਾਈਜ਼ ਮਿਲ ਜਾਏ ਜਿਹੜਾ ਨਾ ਵਧੀਆ ਮੈਂ ਤੁਹਾਨੂੰ ਦੱਸਾਂ ਹੀ ਆ ਕੀ ਮੈਂ ਕਿਹਾ ਉਹ ਵਿੱਕੀ ਉਹ ਜਾਊਗਾ ਦੱਸਣਾ ਥੋੜੀ ਹੀ ਉਹਨੂੰ ਚਲੋ ਕੋਈ ਗੱਲ ਨਹੀਂ ਦੱਸ ਹੀ ਆਏ ਆਪਾਂ ਡੈਕੋਰੇਸ਼ਨ ਆਪਣੇ ਹਿਸਾਬ ਨਾਲ ਹੀ ਕਰਨੀ ਆ ਮੈਂ ਉਹਦੇ ਲਾਗੇ ਬੈਠੀ ਨਾ ਕਿੰਨਾ ਚਿਰ ਤੇ ਮੈਂ ਉਹਦੇ ਨਾਲ ਗੱਲਾਂ ਕਰਨ ਡਈ ਮੈਨੂੰ ਪੁੱਛਣ ਡਈ ਮੈਂ ਉਹ ਸਮਾਨ ਲੈ ਲਿਆ ਠੀਕ ਆ ਆ ਕਾਹਦੇ ਨਾਲ ਬੰਨਣੇ ਹੁਣ ਇਦਾਂ ਕੰਡ ਮਾਰਨੀ ਪੈਣੀ ਮਗਰ ਅੱਛਾ ਇਦਾਂ ਇਦਾਂ ਹਾਂਜੀ ਲੋਂਦੀ ਕੋਈ ਗੱਲ ਨਹੀਂ ਲਾ ਦਾਂਗੇ ਤਾਂ ਮੈਂ ਦੱਸਦੀ ਇਹਨੂੰ ਕਿੱਦਾਂ ਬਣਾ ਕੇ ਲਾਉਂਦੇ ਆ ਇਹ ਹਾਂ 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 ਕੰਨੀ ਤਾਂ ਨਿਕਾ ਇਦਾਂ ਲੱਗਣੇ ਆ ਅੱਛਾ ਛੇਦਾ ਹਾਂਜੀ ਮੈਂ ਤਾਂ ਕਿ ਫੁੱਲ ਬਣਾਉਣੇ ਇੱਕੋ ਵੱਡਾ ਜਿਆ ਨਹੀਂ ਵੱਡਾ ਥੋੜੀ ਇਹ ਸਾਰੇ ਫੁੱਲ ਹੀ ਆ ਅੱਛਾ ਇਹ ਇਦਾਂ ਦੀਵਾਲ ਦੇ ਨਾਲ ਲੱਗਣੇ ਆ ਉੱਤੇ ਵੱਡਾ ਨਿਕਾ 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 ਚਲ ਲਾਓ ਫਿਰ ਤੇ ਹੁਣ ਇਹਨਾਂ ਲਾਵਾਂ ਹੁਣ ਕੋਈ ਧਾਗਾ ਨਹੀਂ ਬਣਾ ਮੇਰੇ ਕੋਲ ਰੁਕ ਜਾ ਉਧਰ ਮਾਮੇ ਨੂੰ ਤੇ ਦਾਦੀ ਨੂੰ ਬੜਾ ਚਾਹ ਆ ਕਮਰਾ ਸਜਾਉਣ ਦਾ ਵੈਲਕਮ ਆਂਦੇ ਆਪਾਂ ਇਦਾਂ ਕਰਦੇ ਆ ਨਾ ਆਪਾਂ ਟੈਬਲੇਟ ਇਦਾਂ ਜੋੜ ਦਿੰਨੇ ਆ ਵਿੱਚੋਂ ਇਦਾਂ ਜੋੜ ਦਿੰਨੇ ਆ ਨਾ ਤੇ ਜਿਹੜਾ ਉੱਤੇ ਲਾਉਣਾ ਆ ਨਾ ਉੱਪਰ ਵੀ ਆਪਾਂ ਇਹਨੂੰ ਜੋੜ ਹੀ ਦਿੰਨੇ ਆ ਠੀਕ ਆ ਛੇਤੀ ਛੇਤੀ ਕਰ ਲਈਏ ਆਪਣੇ ਕੋਲ ਟਾਈਮ ਥੋੜਾ ਆ ਉਹਨਾਂ ਨੇ ਹੁਣੇ ਹੀ ਉਹਨਾਂ ਨੇ ਲੈ ਕੇ ਜਾ ਕੇ ਤੁਹਾਨੂੰ ਪਤਾ ਹੈਗਾ 10 ਮਿੰਟ ਤੇ ਲਾਉਂਦੇ ਆ ਉਹਨਾਂ ਨੇ ਬੇਬੀ ਬਣਾ ਦੇਣਾ ਆਪਾਂ ਹੁਣੇ ਮੈਨੂੰ ਐਵੇਂ ਛੇਤੀ ਉਹ ਵੀ ਆ ਜਾਣਗਾ ਉਦੋਂ ਤੱਕ ਉਹਨਾਂ ਨੂੰ ਕਿਹੜਾ ਇੱਥੇ ਲਈ ਸਾਹਮਣੇ ਦਵਾ ਲਾ ਹਾਂਜੀ ਲਾ ਦਿਓ ਚੱਲੋ ਠੀਕ ਆ ਹਾਂਜੀ ਇਹਦੇ ਨਾਲ ਬਲੂਨ ਲਾ ਦਈਏ ਨਹੀਂ ਬਲੂਨ ਨਹੀਂ ਮੈਂ ਤੁਹਾਨੂੰ ਦੱਸਣਾ ਬੇਬੀ ਦੇ ਪਾਪਾ ਨੂੰ ਚਾਹ ਬੜਾ ਆ ਅੱਖਾਂ ਚੱਤਰੂ ਵੀ ਆ ਜਾਂਦੇ ਜਦੋਂ ਜੀ ਕਰਦਾ ਉਦੋਂ ਅੱਖਾਂ ਚੱਤਰੂ ਲੈ ਆਉਂਦੇ ਆ ਇੱਕ ਵਾਰੀ ਦੱਸਿਓ ਲੈ ਆ ਕੇ ਫੇਰ ਨਹੀਂ ਹੁਣ ਨਹੀਂ ਆਉਣੇ ਇੱਦਾਂ ਨਹੀਂ ਆਉਂਦੇ ਬਸ ਉਹ ਫੀਲਿੰਗ ਇੱਦਾਂ ਦੀ ਹੁੰਦੀ ਆ ਕਿ ਆ ਜਾਂਦੇ ਆਪਣੇ ਚਲੋ ਇੱਦਾਂ ਕਿਹਾ ਨਹੀਂ ਹੁੰਦੇ ਜਦੋਂ ਬੇਬੀ ਹੋਊਗਾ ਨਾ ਹਾਂਜੀ ਹੈਨਾ ਤੇ ਮੈਂ ਤੁਹਾਨੂੰ ਲਿਆ ਕੇ ਪੜਾਉਂਗੀ ਤੇ ਫੇਰ ਮੈਂ ਇੱਕ ਗਾਣਾ ਗਾ ਕੇ ਦੱਸੂੰਗੀ ਤੁਹਾਨੂੰ ਠੀਕ ਆ ਤੇ ਉਹ ਵੀ ਇਹ ਗੱਲ ਕਹਿਣ ਡੇ ਸੀ ਕਿ ਤੁਸੀਂ ਪਹਿਲਾਂ ਜਾਓ ਆਪ ਤੇ ਜੇ ਐਡਮਿਟ ਕਰਨਗੇ ਤਾਂ ਸਾਨੂੰ ਮਗਰ ਫੋਨ ਕਰ ਦਿਓ ਤੇ ਇਸੇ ਚੱਕਰ ਦੇ ਵਿੱਚ ਫਿਰ ਨਾ ਮੰਮੀ ਨੂੰ ਲਿਆਉਂਦਾ ਨਾ ਮਾਸੀ ਜੀ ਨੂੰ ਲਿਆ ਕੇ ਆਏ ਤੇ ਬਾਕੀ ਕੋਈ ਤਾਂ ਫੋਨ ਕਰਤਾ ਸਾਰੇ ਜਾਣੇ ਨੂੰ ਆਉਣ ਹੀ ਡੇ ਆ ਸਾਰੇ ਜਾਣੇ ਆਪਾਂ ਆਏ 2 ਵਜੇ ਆਏ ਹਨਾ 2 ਵਜੇ ਤੱਕ ਆਏ ਆਪਾਂ ਹਾਂ ਠੀਕ ਆ 3 ਵਜਣ ਵਾਲੇ ਆ 3 ਵਜ ਹੀ ਗਏ ਉਹਦਾ ਹਾਂਜੀ ਹਾਂਜੀ ਡੈਕੋਰੇਸ਼ਨ ਹੋ ਗਈ ਸੋਹਣੀ ਲੱਗਣ ਦੀ ਹੈ ਨਾ ਸਹੀ ਗੱਲ ਇਧਰੋਂ ਡੈਕੋਰੇਸ਼ਨ ਕੀਤੀ ਏ ਓ ਨੋ 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 ਨੋ
ਹੋਸਟਲ ਦੇ ਵਿੱਚ ਡੈਕੋਰੇਸ਼ਨ ਦਾ ਨਾਂ ਲਿਆ ਤਾਂ ਉਹ ਵਿਚਾਰਾ ਪਹਿਲਾਂ ਥੱਲੇ ਡਿੱਗ ਗਿਆ। ਕੋਈ ਗੱਲ ਨਹੀਂ ਉਹਨੂੰ ਲਾਉਂਦੇ ਆ, ਉਹ ਤਾਂ ਸਹੀ ਆ। ਜਦੋਂ ਤੱਕ ਪ੍ਰੀਤ ਨੇ ਆਉਣਾ ਟਿਕੇ ਰਹਿਣ ਉਦੋਂ ਤੱਕ ਬਸ ਭਰਾਵਾ ਨਾ ਡਿੱਗਿਓ ਹੁਣ, ਠੀਕ ਆ। ਹਾਂ ਅਸੀਂ ਤਾਂ ਪੂਰਾ ਜ਼ੋਰ ਲਾ ਤਾ ਕਮਰਾ ਸਜਾਉਣ ਦੇ ਉੱਤੇ, ਅਤੇ ਬਾਕੀ ਤੁਸੀਂ ਵੇਖ ਸਕਦੇ ਜੇ ਜ਼ਿਆਦਾ ਨਹੀਂ ਕੀਤੀ ਹੈਗੀ, ਬਸ ਨੋਰਮਲ ਜਿਹੀ ਡੈਕੋਰੇਸ਼ਨ ਕੀਤੀ ਆ। ਅਤੇ ਚਲੋ ਜਿਹੜੀ ਸੋਹਣੀ ਲੱਗੀ, ਹਾਂਜੀ ਸੱਚੀ। ਪਰ ਉਹ ਕਹਿੰਦੇ ਹਲੇ ਅਸੀਂ ਠਹਿਰ ਕੇ ਫੜਾਉਣਾ ਆ ਤੁਹਾਨੂੰ, ਤੇ ਮਤਲਬ ਹਲੇ ਇਹ ਨਹੀਂ ਦੱਸਿਆ ਕਿ ਬੇਬੀ ਬੋਆਏ ਆ ਕਿ ਬੇਬੀ ਗਰਲ ਆ, ਠੀਕ ਆ। ਤੇ ਉਦਾਂ ਦੇ ਤੰਦਰੁਸਤ ਵਾ, ਠੀਕ ਠਾਕ ਆ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਚਲੋ ਵਧੀਆ, ਟੈਨਸ਼ਨ ਲੱਗੀ ਕਿ ਆਉਂਦੇ ਆ ਸਾਰੇ ਜਾਣੇ, ਤੇ ਅਸੀਂ ਇਕੱਠੇ ਹੀ ਮਤਲਬ ਸਾਰੇ ਜਾਣੇ ਰਿਸੀਵ ਕਰਾਂਗੇ, ਠੀਕ ਆ। ਮੈਂ ਜਾਂਦੀ ਹਾਂ ਫੇਰ ਦੇਖਣਾ ਇੱਥੇ ਕੀ ਆ। ਵੇਟ ਨਹੀਂ ਹੋਣ ਦੀ ਹੈ ਨਾ ਮੇਰੀ ਨਨਾਣ। ਹਾਂਜੀ ਉਹ ਅੰਦਰ ਬਾਹਰ ਕਿ ਬਾਹਰ ਦਾ ਪਾਸਾ ਦੇਖਣ ਗਿਆ ਅੰਦਰ ਲੈ ਆਇਆ ਨਾ ਥੱਲੇ ਦੀ ਆਣੀ ਦੇਖ ਤੋਂ ਚ ਵੇਖ ਕੇ ਕਰਨਾ ਕਿ ਜਦੋਂ ਅੰਦਰ ਪਤਾ ਹੀ ਨਹੀਂ ਕਿੱਥੇ ਵੇਟ ਨਹੀਂ ਨਾ ਹੋਣ ਦੀ ਹੁਣ ਹੈ ਨਾ ਕਹਿੰਦੇ ਫਿਰ ਤੁਹਾਨੂੰ ਹੈ ਬੜਾ ਵਧੀਆ ਲੱਗਣ ਡਿਆ ਐਕਸਾਈਟਮੈਂਟ ਦਾ ਰੋਣਾ ਵੀ ਹੋ ਗਿਆ ਪੁੱਛੋ ਹੀ ਨਾ ਰੋਣਾ ਵੀ ਕੋਈ ਨਹੀਂ ਪਤਾ ਇਹ ਹੁਣ ਇਹ ਤਾਂ ਹੁਣ ਜਦੋਂ ਬੇਬੀ ਅੱਧਾ ਜਾਊਗਾ ਫੇਰ ਹੀ ਪਤਾ ਲੱਗਣਾ ਇਸ ਚੀਜ਼ ਦਾ। ਚਲੋ ਲੈ ਕੇ ਆਉਣਗੇ ਵੀ ਕਿੰਨਾ ਉਹਦਾ ਮਜ਼ਾ ਆਊਗਾ ਸਹੀ ਗੱਲ ਆਏ ਅੰਦਰ ਹੀ ਨਾ ਚਲ ਜਾਵੇ ਚੱਲ ਆ ਜਾ ਸਭ ਤੋਂ ਪਹਿਲਾਂ ਚੁੱਕੂਗਾ ਕੌਣ ਮੈਂ ਨਹੀਂ ਮੈਂ ਇੱਕ ਵਾਰੀ ਤੇ ਚੁਕਾਉਣ ਗਈ ਮੈਡਮ ਆ ਗਿਆ ਖੁਸ਼ਖਬਰੀ ਆਪਣੀ ਕੰਬਲੀ ਦੇ ਵਿੱਚ ਇੱਕ ਵਾਰੀ ਨਾ ਇੱਕ ਵਾਰੀ ਇਸ ਕੰਬਲੀ ਦੇ ਵਿੱਚ ਕਰ ਲੋ ਆਪਣੀ ਰੀਸ ਪੂਰੀ, ਫਿਰ ਆ ਲਾ ਦੇਣੀ ਆਪਾਂ ਹੁਣੇ ਧਿਆਨ ਨਾਲ ਸਾਰਿਆਂ ਬੜੀ ਵੇਟ ਸੀ ਕੌਟਲ ਦੇ ਨਾਲ। ਹਾਂਜੀ ਹਾਂਜੀ
ਹੱਥ ਦਿਖਾਏ ਕਿ ਸੋਹਣੇ ਥੈਂਕ ਯੂ ਮੈਮ ਥੈਂਕ ਯੂ ਬੇਬੀ ਲੈ ਜਾ ਅੰਦਰ ਫੀਡ ਕਰਾ ਫਿਰ ਦੇ ਦੇ ਵਾਪਸ ਮੈਨੂੰ ਚਕਾਇਆ ਹੀ ਨਹੀਂ ਮੈਨੂੰ ਇਹ ਕਰ ਚੁੱਕ ਲੈ ਮੁਬਾਰਕਾਂ ਮਾਮੀ ਨੂੰ ਬਹੁਤ ਬਹੁਤ ਚਲੋ ਕੋਈ ਨੀ ਹੋਰ ਘੜੀ ਤੱਕ ਆਪਣੇ ਕੋਲ ਹੀ ਆਉਣਾ ਆ ਸੱਚੀ ਦੇਣ ਨੂੰ ਜੀ ਨਹੀਂ ਕਰਨ ਡਿਆ ਹਨਾ ਸਹੀ ਗੱਲ ਆ ਚਲੋ ਹੋਸਪਿਟਲ ਵੀ ਬੜਾ ਵਧੀਆ ਸੀਗਾ ਹਨਾ ਹਾਂਜੀ ਅੱਛਾ ਗਿਫਟ ਹੋ ਮਿਲ ਗਿਆ ਉਹਨੂੰ ਪਹਿਲਾਂ ਗਿਫਟ ਬੇਬੀ ਕਿੱਟ ਉਹ ਮੈਡਮ ਵੱਲੋਂ ਠੀਕ ਹਿਮਾਲਿਆ ਦੀ ਚਲੋ ਹੁਣ ਕਰਦੇ ਬਾਕੀਆਂ ਦੀ ਵੇਟਿੰਗ ਤੇ ਨਾਲੇ ਉਹਨਾਂ ਨੂੰ ਖੁਸ਼ਖਬਰੀ ਦਿੰਦੇ ਆ